ਦਾ ਮੇਰਾ ਟੌਪਿਕ ਫਿਰ ਉਹੀ ਪਹਿਲਾਂ ਵਾਲਾ ਲਾਤਵੀਆ ਸਟੱਡੀ ਵੀਜ਼ਾ। ਤੁਸੀਂ ਕਹੋਗੇ ਕਿ ਬਾਰ ਬਾਰ ਲਾਤਵੀਆ ਨੂੰ ਹੀ ਪ੍ਰਮੋਟ ਕਰਦੇ ਰਹਿੰਦੇ ਆ, ਕੀ ਰੀਜ਼ਨ ਹੈ? ਸਭ ਤੋਂ ਵੱਡਾ ਰੀਜ਼ਨ ਤਾਂ ਇਹ ਹੈ ਕਿ ਇਸ ਦਾ ਸਕਸੈਸ ਰੇਟ ਸਾਰੇ ਕੰਟਰੀਆਂ ਤੋਂ ਜ਼ਿਆਦਾ ਹੈ। ਦੂਜਾ ਰੀਜ਼ਨ ਇਹ ਹੈ ਕਿ ਇਸ ਦਾ ਪ੍ਰੋਸੈਸ ਸਾਰੇ ਕੰਟਰੀਆਂ ਤੋਂ ਫਾਸਟ ਪ੍ਰੋਸੈਸ ਹੈ, ਅਤੇ ਕੋਈ ਡਾਕੂਮੈਂਟਸ ਵੀ ਜ਼ਿਆਦਾ ਨਹੀਂ ਲੱਗਦੇ, ਕੋਈ ਰਿਕੁਆਇਰਮੈਂਟ ਵੀ ਕੋਈ ਜ਼ਿਆਦਾ ਨਹੀਂ। ਸੋ ਆਪਾਂ ਮੇਨ ਟੌਪਿਕ 'ਤੇ ਆਉਣੇ ਹੈ। ਬਹੁਤ ਹੀ ਇਨਫੋਰਮੈਟਿਵ ਵੀਡੀਓ ਹੈ। ਚਾਹੇ ਤੁਸੀਂ ਇਟਲੀ ਜਾਣਾ ਚਾਹੁੰਦੇ ਹੋ, ਚਾਹੇ ਤੁਸੀਂ ਸਪੇਨ ਜਾਣਾ ਚਾਹੁੰਦੇ ਹੋ, ਚਾਹੇ ਤੁਸੀਂ ਉੱਥੇ ਟੂਰਿਸਟ ਵੀਜ਼ੇ 'ਤੇ ਕੋਈ ਵਰਕ ਪਰਮਿਟ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਪਾਂ ਕਹਿ ਸਕਦੇ ਹਾਂ ਕਿ ਮੈਂ ਸ਼ੈਨਿੰਗਨ ਦੇ ਵਿੱਚ ਐਂਟਰ ਹੋਣਾ ਚਾਹੁੰਦਾ, ਬਟ ਪ੍ਰੋਫਾਈਲ ਦੇਖ ਕੇ ਹੈ ਇਹ ਕੰਟਰੀ ਸਭ ਤੋਂ ਬੈਸਟ ਵੇ ਹੈ। ਸੋ ਇਸ ਵੀਡੀਓ ਨੂੰ ਪੂਰੀ ਦੇਖਿਓ। ਜੇ ਤੁਸੀਂ ਪੂਰੀ ਦੇਖ ਲਓਗੇ, ਤੁਸੀਂ ਕਿਸੇ ਗਲਤ ਏਜੰਟ ਜਾਂ ਗਲਤ ਗੱਲਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਅਫਵਾਹਾਂ ਵਿੱਚ ਨਹੀਂ ਫਸੋ। ਕੋਈ 10 ਮਿੰਟ ਤੁਸੀਂ ਕੱਢ ਸਕਦੇ ਹੋ ਤਾਂ ਪਲੀਜ਼ ਇਸ ਵੀਡੀਓ ਨੂੰ ਜ਼ਰੂਰ ਦੇਖਿਓ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਗੱਲ ਕਰੂੰਗਾ ਯੂਨੀਵਰਸਿਟੀਜ਼ ਦੇ ਬਾਰੇ। 6 ਯੂਨੀਵਰਸਿਟੀਆਂ ਗੌਰਮੈਂਟ ਹੈ ਐਂਡ 1 ਪ੍ਰਾਈਵੇਟ ਦੇ ਵਿੱਚ ਵੀ ਡੀਲ ਕਰਦੇ। ਹੁਣ ਜਿਵੇਂ ਕਿ ਆਪਾਂ ਗੱਲ ਕਰਾਂਗੇ ਰੀਗਾ ਟੈਕਨੀਕਲ ਯੂਨੀਵਰਸਿਟੀ, ਰੀਗਾ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਬੈਚਲਰ ਦੇ ਲਈ ਐਸ ਵੈਲ ਐਸ ਮਾਸਟਰ ਦੇ ਲਈ। ਉਹੀ ਸੇਮ ਰਿਕੁਆਇਰਮੈਂਟ 60% 25 ਸਾਲ ਤੋਂ ਏਜ ਘੱਟ ਹੋਣੀ ਚਾਹੀਦੀ ਹੈ, ਜਿਹੜਾ ਕਿ ਤੁਹਾਨੂੰ ਆਲਰੇਡੀ ਮੈਂ ਦੱਸਦਾ। ਸਭ ਤੋਂ ਮੇਨ ਚੀਜ਼ ਇਹ ਹੈ ਕਿ ਰੀਗਾ ਦੇ ਵਿੱਚ ਜੋ ਡੈਡਲਾਈਨ ਹੈ ਉਹ 15 ਨਵੰਬਰ ਡੈਡਲਾਈਨ ਹੈ। ਅੱਜ ਜਿਵੇਂ ਕਿ 10 ਤੋਂ ਆਈ ਥਿੰਕ 11 ਤਰੀਕ ਹੋਗੀ, 3 ਦਿਨ ਜਾਂ 4 ਦਿਨ ਰਹਿ ਗਏ। ਜੇ ਤੁਸੀਂ ਲਾਤਵੀਆ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ 15 ਨਵੰਬਰ ਇਸ ਦੀ ਡੈਡਲਾਈਨ ਹੈ। ਤਰੀਬਾ ਦੇ ਵਿੱਚ 1 ਦਸੰਬਰ ਡੈਡਲਾਈਨ ਹੈ, ਤਰੀਬਾ ਦੇ ਵਿੱਚ 1 ਦਸੰਬਰ ਡੈਡਲਾਈਨ ਹੈ। ਦੋਨੇ ਯੂਨੀਵਰਸਿਟੀਆਂ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਈਵਨ ਕਿ 1-2 ਹੋਰ ਯੂਨੀਵਰਸਿਟੀਆਂ ਵੀ ਹੈਗੀਆਂ ਜਿਵੇਂ ਕਿ ਲਾਪੇਜ਼ਾ ਯੂਨੀਵਰਸਿਟੀ ਹੈ, ਉਸ ਦੇ ਵਿੱਚ ਬੜੀ ਘੱਟ ਫੀਸ ਆਉਂਦੀ ਹੈ, ਬਹੁਤ ਹੀ 2200 ਯੂਰੋ ਫੀਸ ਆਉਂਦੀ ਹੈ। ਸੋ ਇਹਨਾਂ ਵਿੱਚ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਕਿਸੇ ਵੀ ਟਾਈਮ ਕੰਸਰਨ ਕਰ ਸਕਦੇ ਹੋ। ਹੁਣ ਮੇਰੇ ਇਸ ਵੀਡੀਓ ਬਣਾਉਣ ਦਾ ਮੇਨ ਮੋਟਿਵ ਇਹ ਹੈ ਕਿ ਮੈਂ ਪਹਿਲਾਂ ਵਾਲੀਆਂ ਵੀਡੀਓ ਨਾਲੋਂ ਮੈਂ ਇੱਕ ਅਲੱਗ ਇਨਫੋਰਮੇਸ਼ਨ ਦੇਵਾਂ। ਤੁਸੀਂ ਇਹ ਚੀਜ਼ ਨਾਲੋਂ ਬੋਰ ਨਾ ਹੋ ਕੇ ਯਾਰ ਪਹਿਲਾਂ ਵਾਲੀ ਸੇਮ ਹੀ ਉਹੀ ਡਿਟੇਲ 60% ਨੰਬਰ ਚਾਹੀਦੇ ਨੇ ਜੀ, 25% 25 ਏਜ ਫਲਾਨਾ ਉਹੀ ਸੇਮ ਨਾ ਹੋ, ਕਾਪੀ ਪੇਸਟ ਆਪਾਂ ਵਾਰ ਵਾਰ ਨਹੀਂ ਆਪਾਂ ਕਰ ਸਕਦੇ। ਸੋ ਸਭ ਤੋਂ ਮੇਨ ਅਹਿਮ ਜਾਂ ਕਹਿ ਸਕਦੇ ਹਾਂ ਇੰਪੋਰਟੈਂਟ ਚੀਜ਼ ਇਹ ਹੈ, ਜਿਨ੍ਹਾਂ ਸਟੂਡੈਂਟ ਨੇ ਹਿੰਦੀ ਮੀਡੀਅਮ ਦੇ ਵਿੱਚ ਸਟੱਡੀ ਕੀਤੀ ਹੈ, ਮੇਰੀ ਆਵਾਜ਼ ਨੂੰ ਰਿਕਾਰਡ ਕਰ ਲਿਓ। ਜੇ ਨਹੀਂ ਯਕੀਨ ਮੇਰੀ ਆਵਾਜ਼ ਨੂੰ ਚਾਹੇ ਰਿਕਾਰਡ ਕਰ ਸਕਦੇ ਹੋ, ਜੋ ਮੈਂ ਕਹਿੂੰਗਾ ਉਹ ਸੱਚ ਹੈ, ਬਿਲਕੁਲ ਪ੍ਰੂਫ ਦੇ ਨਾਲ ਕਹੂੰਗਾ, ਸਾਡੇ ਕੋਲ ਇਸ ਦਾ ਪ੍ਰੂਫ ਵੀ ਹੈ। ਜਿਨ੍ਹਾਂ ਨੇ ਹਿੰਦੀ ਮੀਡੀਅਮ ਦੇ ਵਿੱਚ ਸਟੱਡੀ ਕੀਤੀ ਹੈ, ਪੰਜਾਬੀ ਮੀਡੀਅਮ ਦੇ ਵਿੱਚ ਸਟੱਡੀ ਕੀਤੀ ਹੈ, ਬਟ ਉਹਨਾਂ ਦੇ ਜੋ ਪਰਸੈਂਟੇਜ ਹੈ ਉਹ 60% ਤੋਂ ਅਬਵ ਨੇ, ਏਜ 25 ਸਾਲ ਤੋਂ ਘੱਟ ਹੈ, ਉਹ ਲਾਤਵੀਆ ਦੇ ਵਿੱਚ ਰੀਗਾ ਦੇ ਵਿੱਚ ਅਪਲਾਈ ਕਰ ਸਕਦੇ ਆ, ਤਰੀਬਾ ਦੇ ਵਿੱਚ ਅਪਲਾਈ ਕਰ ਸਕਦੇ ਆ, ਗੌਰਮੈਂਟ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰ ਸਕਦੇ ਆ। ਮੈਂ ਰਿਪੀਟ ਵਰਡ ਕਹਿ ਰਿਹਾ, ਰੀਗਾ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਇਕਨੋਮਿਕਸ ਦੇ ਵਿੱਚ ਇਕਨੋਮਿਕ ਕੋਰਸ ਆਉਂਦਾ, ਇਕਨੋਮਿਕਸ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ, ਬਟ ਇਕਨੋਮਿਕਸ ਦੇ ਵਿੱਚ ਸ਼ਰਤ ਕੀ ਹੈ ਕਿ ਤੁਹਾਡੇ ਕੋਲ ਪਹਿਲਾਂ ਪ੍ਰੀਵੀਅਸ ਦੇ ਵਿੱਚ ਮੈਥ ਪੜ੍ਹਿਆ ਹੋਣਾ ਜ਼ਰੂਰੀ ਹੈ ਜਾਂ ਤੁਸੀਂ ਫਿਜਿਕਸ ਪੜ੍ਹੀ ਹੋਣੀ ਜ਼ਰੂਰੀ ਹੈ। ਜੇ ਤੁਸੀਂ ਇਹ ਚੀਜ਼ਾਂ ਨਹੀਂ ਪੜ੍ਹੀਆਂ ਦੈਨ ਤਰੀਬਾ ਦੇ ਵੱਲ ਮੂਵ ਹੋ, ਤਰੀਬਾ ਵਿੱਚ ਅਪਲਾਈ ਕਰ ਸਕਦੇ ਹੋ। ਸਭ ਤੋਂ ਮੇਨ ਟੌਪਿਕ ਮੇਨ ਚੀਜ਼ ਕੀ ਹੈ ਕਿ ਜੇ ਤੁਸੀਂ ਆਪਣੀ ਸਟੱਡੀ ਪੰਜਾਬੀ ਮੀਡੀਅਮ ਜਾਂ ਹਿੰਦੀ ਮੀਡੀਅਮ ਦੇ ਵਿੱਚ ਕੀਤੀ ਹੈ, ਮੇਰੀ ਗੱਲ ਨੂੰ ਗੌਰ ਨਾਲ ਸੁਣਿਓ, ਆਈਲੈਟਸ ਦੇ ਟਾਈਮ ਨਾ ਖਰਾਬ ਕਰਿਓ, ਪੀਟੀ ਦੇ ਟਾਈਮ ਨਾ ਖਰਾਬ ਕਰਿਓ। ਇੱਕ ਐਂਟਰੈਂਸ ਐਗਜ਼ਾਮ ਹੋਊਗਾ ਜਿਹੜਾ ਕਿ ਘੱਟੋ ਘੱਟ 1.5 ਤੋਂ ਲੈ ਕੇ 2 ਘੰਟੇ ਦਾ ਟੈਸਟ ਹੁੰਦਾ, 1 ਘੰਟੇ ਤੋਂ ਐਟਲੀਸਟ 1.5 ਘੰਟੇ ਦਾ ਟੈਸਟ ਆ। ਉਸ ਦੇ ਵਿੱਚ ਪ੍ਰੋਪਰ ਇੰਗਲਿਸ਼ ਟੈਸਟ ਹੁੰਦਾ, ਤੁਹਾਡੀ ਰਾਈਟਿੰਗ ਹੁੰਦੀ ਹੈ, ਤੁਹਾਡੀ ਰੀਡਿੰਗ ਹੁੰਦੀ ਹੈ, ਲਿਸਨਿੰਗ ਹੁੰਦੀ ਹੈ, ਸਪੀਕਿੰਗ ਤਾਂ ਦੇਖੋ ਹੋਣੀ ਹੋਣੀ ਹੈ। ਸੋ ਮੇਰੇ ਇੱਕ ਕਹਿਣ ਦਾ ਮਤਲਬ ਸਿਰਫ ਇਹ ਹੈ ਕਿ ਜੇ ਤੁਸੀਂ ਆਈਲੈਟਸ ਜਾਂ ਪੀਟੀ ਤੁਸੀਂ ਨਹੀਂ ਕੀਤੀ ਹੋਈ,
बट थोड़ी इंग्लिश का लैवल थोड़ा कुछ ना कुछ हद तक ठीक है, एवें अपने आईलैट्स पीटी ते पैसे वेस्ट ना करो, ये एग्जाम दो। सब तो बहुत ही प्लस पॉइंट यह है कि यह एग्जाम की किसी भी तरह की कोई भी फीस नहीं हैगी, पर जिमें कि तुसी अपनी एप्लीकेशन फीस भरोंगे 150 यूरो, उस तो बाद थोड़ा एग्जाम स्टार्ट होगा, पहला स्टार्ट नहीं होगा, क्योंकि 150 यूरो हर एक कैंडीडेट ने ही पे करनी होंगी है। सो एग्जाम किमें होंदा है, की उस दे विच कैमरा चलता है, उस दे विच भी थोड़ी असी हेल्प करा सकते हैं। जे थोनू किसी भी तरह का कोई डाउट है तुसी साढ़े ऑफिस दे विच आओ, असी थोड़ी उस दे विच भी थोड़ी हेल्प करवा सकते हैं जे हो सकता है तो। बट थोनू पता है कि असी प्रोपर ट्रूली बट सच्चाई नहीं, सच्चाई का मतलब मेरे कहने का मतलब ये नहीं दस नहीं सकते कि एग्जाम की होंदा है किवें होंदा है, क्योंकि एक सीक्रेट भी होंदी है इस चीज़ दे विच, ठीक है। बट मैं इन्नी गल थोनू जरूर कहना चाहना, ओनली ऑन जे थोनू इंग्लिश थोड़ी मोटी बोलनी आती है, एग्जाम की टेंशन ना लियो, उसका सल्यूशन वगैरह हो जाता, उसका हल हो जाता, रल मिल के हो जाता है। एंट्रेंस एग्जाम होंगे बट होंगे थोड़ा लेंथी है, आईलैट्स पीटी ते ना खराब करो। जिन्होंने पंजाबी मीडियम दे विच स्टडी की है जां हिंदी मीडियम दे विच स्टडी की हुई है, तरीबा दे विच अप्लाई वह कर सकते हैं। जिन्होंने स्टडी मैथ नहीं पढ़िया होया, जिन्होंने फिजिक्स नहीं पढ़ी हुई, वह तरीबा दे विच जाओ, तरीबा दे विच तुहानूं पता नॉर्मल कोर्स मिल जाते हैं, तरीबा दे विच भी सेम एंट्रेंस एग्जाम होंगे। हुण जिवें आपां गल करांगे जी असीं जी रेगा च अपलाई करना है, असीं तरीबा दे विच अपलाई करना है, बार बार मैं यही चीज़ कहना जी 60% नंबर चाहिए है, 25 साल तो एज घट होनी चाहिए है, बट कई कैंडीडेट की इंग्लिश का लैवल थोड़ा ठीक होंदा है, बट परसेंटेज की ने कि उन्होंने थोड़े जिमें कह सकते हैं कि 56-57 2-3% के नाल उन्होंने सारे परसेंटेज जिमें कह सकते कि 60% तो घट हो जाते हैं, बट स्टूडेंट इंटैलीजेंट होंगे उन्होंने स्टूडेंट के लिए भी बैटर ओपरचुनिटी है लातविया, जी हाँ लातविया उन्होंने भी बैटर ओपरचुनिटी है, उन्होंने भी कुछ यूनिवर्सिटीज़ है जिन्होंने तुम अपलाई कर सकते हो, बट वह प्राइवेट यूनिवर्सिटी है। हुण आपां कहांगे जी सानू प्राइवेट के अपलाई करन दा कोई बेनीफिट नहीं, तुसी सर्च करो कि तरीबा यूनिवर्सिटी प्राइवेट है या गवर्नमेंट है, यूनिवर्सिटी तरीबा इज प्राइवेट और गवर्नमेंट, तरीबा यूनिवर्सिटी भी एक प्राइवेट यूनिवर्सिटी है, वह कोई गवर्नमेंट यूनिवर्सिटी नहीं हैगी। सो प्राइवेट का मतलब यह नहीं होंदा कि तुसी प्राइवेट के अपलाई कर रहे हो या गवर्नमेंट के अपलाई कर रहे हो, सब तो मैटर यह है कि तुसी जे अपलाई कर रहे हो उसका फीस स्ट्रक्चर ठीक होना चाहिए, यह ना हो गवर्नमेंट के 4,000 यूरो है तो प्राइवेट के 9,000 यूरो होगा, वह चीज़ नहीं होनी चाहिए। सो प्राइवेट के उत्थे अपलाई करो, इस यूनिवर्सिटी का फीस स्ट्रक्चर बिल्कुल अफोर्डेबल है, ईवन कि कुछ डिस्काउंट भी देंगे है, सैकेंड ईयर के फस्ट ईयर के कोई डिस्काउंट नहीं मिलेगा, स्कॉलरशिप का भी है जे तुम फस्ट ईयर उत्थे कंप्लीट कर लोगे। लातविया एक बहुत ही बैटर ओपरचुनिटी है, लातविया बैटर ओपरचुनिटी क्यों है, क्योंकि लातविया के कोई फंड की प्रॉब्लम नहीं, कोई पुराने फंड नहीं मांगते, कोई ज़्यादा कोई सोर्स इनकम नहीं, हुण सोर्स इनकम तो गल ज़्यादा आई है इन्हां कंट्री के लिए, जिवें कैंडीडेट कहते हैं जी 3 साल की रिटर्न चाहिए जी, तुम पढ़िया होगा BFS की साइट पर चैकलिस्ट में लिखा 3 ईयर ITR रिक्वायर्ड, उन्होंने लिखा कि 3 ईयर ITR रिक्वायर्ड और 36 मंथ की बैंक की स्टेटमेंट, थोड़े को दोनों एक भी चीज़ हैगी प्रोवाइड करो, बट थोनू ओनली ऑन 1 ईयर की ही ITR चाहिए है, 1 साल की ओनली लास्ट ईयर ITR, नोट 3 ईयर की ITR किसी को भी नहीं होंगी। सो मेन मैं थोनू अपना जो टॉपिक है एक्सप्लेन कर चुके हैं, सो यही है कि तुसी तरीबा या इन कंट्रिया के रीगा के पंजाबी मीडियम वाले या हिंदी मीडियम वाले अप्लाई कर सकते हो, दूजी जी जिन्हों के 50 या 50 मतलब कि घट ने इन्हों तो परसेंटेज भी वह भी लातविया के अपलाई कर सकते हैं, तो किमें अपलाई कर सकते हैं, डेडलाइन इसकी बहुत ही नेड़े है, 15 नवंबर रीगा की है तो 1 दिसंबर तरीबा दे विच है, रीगा दे विच मैथ ते फिजिक्स ओहो थोड़ी लास्ट स्टडी प्लस टू दे विच मंगते हैं,
ਤੇ ਤਰੀਬਾ ਦੇ ਵਿੱਚ ਨਹੀਂ ਮੰਗਦੇ, ਤਰੀਬਾ ਦੇ ਵਿੱਚ ਤੁਸੀਂ ਈਜ਼ੀਲੀ ਆਪਣਾ ਅਪਲਾਈ ਕਰ ਸਕਦੇ ਹੋ। ਸੋ ਬਾਕੀ ਜਾਣਕਾਰੀ ਮੈਂ ਆਲਰੇਡੀ ਆਪਣੇ ਵੀਡੀਓ ਦੇ ਵਿੱਚ ਦੇ ਚੁੱਕਿਆ ਹਾਂ। ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਤੇ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ। ਸਤਿ ਸ਼੍ਰੀ ਅਕਾਲ ਜੀ।